ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਹੈ? ਸੁਬਹਾ ਦਾ ਟਾਈਮ, ਬਾਹਰ ਆਇਆ ਫਕੀਰ ਮੰਗਣ ਵਾਲਾ, ਖੈਰ ਦਿੰਦੇ ਅਤੇ ਅੱਲਾਹ ਤਾਲਾ ਸਭ ਨੂੰ ਆਪਣੇ ਜ਼ਮਾਨ 'ਚ ਰੱਖੇ। ਮੀਂਹ ਦੇ ਸਾਰੇ ਦੋਸਤ ਖੈਰੀਏ ਤਾਂ ਨਾਲ ਹੋਣਗੇ ਯਾਰ, ਸਬਸਕ੍ਰਾਈਬ ਕਰ ਦਿਆ ਕਰੋ। ਅਤੇ ਮੈਂ ਸੁਬਹਾ ਸੁਬਹਾ ਉੱਠਿਆ ਅਤੇ ਮੈਂ ਕਿਹਾ ਯਾਰ ਡਿਊਟੀ ਦੀ ਤਿਆਰੀ ਕਰੀਏ, ਅਤੇ ਬਾਹਰ ਇੱਕ ਫਕੀਰ ਆ ਗਿਆ, ਉਹ ਸਾਹਮਣੇ ਖੜ੍ਹਾ ਵੇਲੀ ਦਰਵਾਜ਼ੇ ਅੱਗੇ, ਉਹਨੂੰ ਖੈਰ ਦਿੰਦੇ ਅਤੇ ਤੁਸੀਂ ਯਾਰ ਸਬਸਕ੍ਰਾਈਬ ਕਰ ਦਿਓ ਚੈਨਲ। ਮੈਂ ਕੋਸ਼ਿਸ਼ ਕਰਦਾ ਵੀਡੀਓ ਅੱਛੀ ਬਣਾਉਣ ਦੀ, ਲੇਕਿਨ ਅਜੇ ਤੱਕ ਮੈਂ ਕਾਮਯਾਬ ਨਹੀਂ ਹਾਂ ਵੀਡੀਓ ਅੱਛੀ ਬਣਾਉਣ 'ਚ, ਲੇਕਿਨ ਮੈਂ ਤੈਨੂੰ ਦਿਖਾਵਾਂਗਾ। ਅਤੇ ਵੇਲੋ ਦੁਪਹਿਰ ਸ਼ਾਮ ਹੁਣ ਲੋਡੇ ਵਾਲਾ ਹੋਇਆ, ਲੇਕਿਨ ਹੈ ਧੁੱਪ, ਗਰਮੀ ਬਹੁਤ। ਅਤੇ ਇਹ ਵੇਖੋ ਖੇਡਣ ਦੇ ਬੱਚੇ ਮੇਰੇ, ਅਹਿਮਾਨ ਫਾਤਮਾਨ ਜਹਾਜ਼ ਵੇਖਣ ਡਈ ਹੈ ਕਿ ਜਹਾਜ਼ ਕਿੱਥੇ ਗਿਆ, ਜਹਾਜ਼ ਕੋਈ ਆਇਆ ਉੱਤੋਂ ਅਤੇ ਵੇਖਣ ਗਈ ਦਵਾ ਦਵ। ਇਹ ਹੁਣ ਇਹਨੇ ਹੁਣ ਹੌਲੀ ਹੌਲੀ ਬਾਹਰ ਨਿਕਲ ਜਾਣਾ। ਇਹ ਬੱਚਿਆਂ ਦੀ ਇਹ ਵੀ ਉਮਰ ਸ਼ਹਿਨਸ਼ਾਹੀ ਹੁੰਦੀ ਹੈ, ਅਸੀਂ ਵੀ ਬੜੇ ਸ਼ਹਿਨਸ਼ਾਹੀ ਸਨ, ਨਾ ਕੋਈ ਗਰਮੀ ਨਾਲ ਹੁੰਦਾ ਸੀ ਅਤੇ ਨਾ ਇਹਨਾਂ ਨੂੰ, ਇਹ ਵੀ ਹੁਣ ਨਾ ਇਹਨਾਂ ਨੂੰ ਕੋਈ ਗਰਮੀ ਦੀ ਪਰੇਸ਼ਾਨੀ, ਨਾ ਇਹਨਾਂ ਨੂੰ ਕੋਈ ਸਰਦੀ ਦੀ ਪਰੇਸ਼ਾਨੀ, ਬਸ ਇਹਨਾਂ ਨੇ ਖੇਡਣਾ, ਆਪਣੀ ਖੇਡ ਪਿਆਰੀ ਇਹਨਾਂ ਬੱਚਿਆਂ ਨੂੰ। ਇਹ ਸ਼ਹਿਨਸ਼ਾਹੀ ਉਮਰ ਵੇਖਿਓ ਹੁਣ ਇਹਨੇ ਹੁਣ ਇੱਥੇ ਇਹਨੇ ਵੀ ਕਹਿਣਾ ਮੈਨੂੰ ਬਾਹਰ ਜਾਣ ਦਿਓ, ਇਹਨੇ ਬਾਹਰ ਜਾ ਕੇ ਗਲੀ 'ਚ ਹੁਣ ਖੇਡਣਾ, ਬੈਗ ਵੇਖ ਰੱਖਿਆ ਇਹਨੇ ਵੇਖ, ਮਾਨ ਫਾਤਮਾ ਦੇ ਕੰਮ ਵੇਖ, ਮਾਨ ਫਾਤਮਾ 2 ਸਾਲ, 2.5 ਸਾਲ ਦੀ, 2.5 ਸਾਲ ਦੀ ਅਮਯਦੀਨ, ਇਹ ਵੇਖ ਜਾਣਦੇ ਹੋ ਹੁਣ ਇਹਨਾਂ ਇੱਥੇ ਰੱਖੇ।